ਤੁਹਾਨੂੰ ਇਹ ਟਰਬਾਈਨ ਸਪਿਨਰ ਬਣਾਉਣ ਦੇ ਲਈ ਇੱਕ ਲਚੀਲੀ ਪਾਈਪ, ਇੱਕ ਪੈਨ ਦਾ ਸਿੱਕਾ, ਕੁਝ ਤਾਰਾਂ ਅਤੇ ਕੁਝ ਗੱਤਿਆਂ ਦੀ ਲੋੜ ਪਏਗੀ। ਇੱਕ ਗੱਤੇ ਦੀ ਪੱਟੀ ਨੂੰ ਲਓ ਅਤੇ ਜਿਸ ਤਰ੍ਹਾਂ ਵਿਖਾਇਆ ਗਿਆ ਹੈ ਇਸ ਨੂੰ ਟੇਢਾ ਮੇਢਾ ਮੋੜੋ। ਹੁਣ ਵੱਟੋ ਵੱਟ ਪੱਟੀ ਨੂੰ ਖੋਲ੍ਹੋ ਅਤੇ ਉਸ ਦੇ ਇੱਕ ਪਾਸੇ ਗੋਂਦ ਲਾ ਦਿਓ। ਇਹੋ ਜਿਹੀ ਗੋਂਦ ਲਓ ਜਿਹੜੀ ਛੇਤੀ ਸੁੱਕ ਜਾਏ। ਇਸ ਪੱਟੀ ਨੂੰ ਆਪਸ ਵਿੱਚ ਜੋੜ ਕੇ ਗੇਅਰ ਜਾਂ ਟਰਬਾਈਨ ਦੀ ਸ਼ੇਪ ਦਾ ਬਣਾ ਲਓ। ਅਤੇ ਉਸ ਵਿੱਚ ਇੱਕ ਮੋਰੀ ਕਰੋ। ਇੱਕ ਪੈਨ ਦੇ ਖਾਲੀ ਸਿੱਕੇ ਨੂੰ ਕੱਟ ਕੇ ਉਸਦਾ ਬੇਅਰਿੰਗ ਬਣਾ ਲਓ। ਉਸੇ ਸਿੱਕੇ ਦੇ ਵਿੱਚੋਂ ਇੱਕ ਲਚੀਲੀ ਤਾਰ ਕੱਢੋ ਜੋ ਕਿ ਐਕਸਲ ਦਾ ਕੰਮ ਕਰੂਗੀ। ਤਾਰ ਨੂੰ ਸੱਜੇ ਪਾਸੇ ਨੂੰ ਥੋੜ੍ਹਾ ਜਿਹਾ ਮੋੜ ਲਓ। ਇਹ ਟਰਬਾਈਨ ਨੂੰ ਬਾਹਰ ਆਉਣ ਤੋਂ ਰੋਕੇਗਾ। ਤਾਰ ਦੇ ਦੂਜੇ ਸਿਰੇ ਨੂੰ ਪਾਈਪ ਦੇ ਨਾਲ ਟੇਪ ਲਾ ਕੇ ਜੋੜ ਲਓ। ਹੁਣ ਪਾਈਪ ਵਿੱਚੋਂ ਫੂਕ ਮਾਰੋ ਜਿਸ ਨਾਲ ਟਰਬਾਈਨ ਘੁੰਮਣ ਲੱਗ ਜਾਊਗੀ। ਇਸ ਤਰੀਕੇ ਨਾਲ ਤੁਸੀਂ ਥੋੜ੍ਹੀ ਜਿਹੀ ਤਬਦੀਲੀ ਕਰਕੇ ਵੱਖਰਾ ਖਿਡੌਣਾ ਵੀ ਬਣਾ ਸਕਦੇ ਹੋ। ਜਿਵੇਂ ਕਿ ਜ਼ੈੱਡ ਸ਼ੇਪ ਦੀ ਤਾਰ ਨੂੰ ਲਓ ਅਤੇ ਉਸ ਨੂੰ ਟਰਬਾਈਨ ਵਿੱਚੋਂ ਕੱਢੋ ਅਤੇ ਉਸ ਨੂੰ ਇੱਕ ਪਾਰਦਰਸ਼ੀ ਪਲਾਸਟਿਕ ਦੇ ਡੱਬੇ ਵਿੱਚ ਰੱਖੋ। ਹੁਣ ਐਕਸਲ ਦੇ ਦੋਨੋਂ ਪਾਸੇ ਤਿੰਨ ਤਿੰਨ ਮੋਤੀ ਰੱਖੋ। ਹੁਣ ਪਾਈਪ ਵਿੱਚੋਂ ਫੂਕ ਮਾਰੋ ਜਿਸ ਨਾਲ ਟਰਬਾਈਨ ਘੁੰਮੇਗੀ ਅਤੇ ਮੋਤੀ ਵੀ ਘੁੰਮਣਗੇ, ਜਿਸ ਨਾਲ ਬਹੁਤ ਵਧੀਆ ਆਵਾਜ਼ ਆਊਗੀ ਜਿਵੇਂ ਕਿ ਤੁਸੀਂ ਸੁਣ ਸਕਦੇ ਹੋ। ਤੁਸੀਂ ਇਹਨੂੰ ਬਾਰ ਬਾਰ ਫੂਕ ਮਾਰ ਕੇ ਦੇਖ ਸਕਦੇ ਹੋ।